ਚੰਡੀਗੜ੍ਹ ਦੇ ਨਜ਼ਾਰੇ ਲੈਣ ਤੋਂ ਬਾਅਦ ਮੇਰਾ ਤੇ ਦਿਲ ਬੜਾ ਹੀ ਕਾਲਾ ਪੈ ਰਿਹਾ, ਪੁੱਛੋ ਕਿਉਂ? ਉਹ ਮੈਂ ਕਿਹਾ ਜੀ ਮੇਰਾ ਦਿਲ ਇਸ ਕਰਕੇ ਕਾਲਾ ਪੈ ਰਿਹਾ ਕਿਉਂਕਿ ਮੈਂ ਪੁੱਛ ਚੁੱਕਾ ਚੰਡੀਗੜ੍ਹ ਸੈਕਟਰ 42 ਦੇ ਬੇਅੰਤ ਸਿੰਘ ਮੈਮੋਰੀਅਲ ਆਡੀਸ਼ਨ ਸੈਂਟਰ। ਇਕੱਲਾ ਹੀ ਪੰਜਾਬ ਨਹੀਂ, ਦਿੱਲੀ, ਹਰਿਆਣਾ ਤੇ ਪਤਾ ਨਹੀਂ ਇੰਡੀਆ ਦੇ ਕਿਹੜੇ ਕਿਹੜੇ ਕੋਨੇ ਤੋਂ ਪੰਜਾਬੀ ਗੱਭਰੂ ਅਤੇ ਮੁਟਿਆਰ ਆਪਣੇ ਆਡੀਸ਼ਨ ਦੇਣ ਵਾਸਤੇ ਪੁੱਛ ਚੁੱਕੇ ਹਨ। ਸੋ ਦੋਸਤੋ ਆਓ ਆਪਾਂ ਅੰਦਰ ਚੱਲ ਕੇ ਦੇਖਦੇ ਹਾਂ ਕਿੱਦਾਂ ਦੇ ਆਡੀਸ਼ਨ ਚੱਲ ਰਹੇ ਨੇ। ਆਜੋ ਆਜ ਦੇਖਦੇ ਹਾਂ। ਪੰਜਾਬ ਜ਼ਿਲ੍ਹੇ ਕਿੰਨੇ ਨੇ ਜੀ? 22 ਡਿਸਟ੍ਰਿਕਟ ਨੇ। ਜਦੋਂ ਦੋਵੇਂ ਪੰਜਾਬ ਇੱਕ ਹੁੰਦੇ ਸੀਗੇ ਤੇ ਕਿੰਨੇ ਦਰਿਆ ਵਗਦੇ ਸੀ ਉਸ 'ਚ? 5 ਦਰਿਆ। ਜਿਹੜਾ ਤੁਸੀਂ ਗਲ ਦੇ ਵਿੱਚ ਪਾਇਆ ਹੋਇਆ ਇਹਨੂੰ ਕੀ ਕਹਿੰਦੇ ਆ? ਇਹ ਮੋਹਰਾਂ ਨੇ ਜੀ। ਐਕਟਿੰਗ ਦਿਖਾ ਦਿਓ ਕਰਕੇ। ਵੀਰੇ ਵੀਰੇ ਉੱਠ ਖੜ ਵੀਰੇ ਵੀਰੇ। ਦੁਆਬੇ ਨੂੰ ਦੁਆਬਾ ਕਿਉਂ ਕਿਹਾ ਜਾਂਦਾ? ਕਿਉਂਕਿ ਉੱਥੇ ਦੋ ਆਪ ਨਿਕਲਦੇ ਆ, ਮਤਲਬ ਕਿ ਪਾਣੀ ਦੇ ਦੋ ਸਰੋਤ ਜਾਂਦੇ ਨੇ। ਮੈਂ ਤਾਂ ਖੜੀ ਹੋ ਕੇ ਦੇਖ ਇਹਦਾ ਪੁੱਤ ਦਾ ਬਸੁਰ ਸਿਗੜਾ ਤੇਰੇ ਪੂਰੇ। ਤੇ ਪੰਜ ਪਿਆਰਿਆਂ ਦਾ ਨਾਮ ਪਤਾ? ਤੇ ਸਾਨੂੰ ਆਪਣੇ ਇਤਿਹਾਸ ਬਾਰੇ ਨਹੀਂ ਪਤਾ ਤੇ ਫਿਰ ਤਾਂ ਮਤਲਬ ਕੋਈ ਫਾਇਦਾ ਨਹੀਂ ਆ ਸਾਡੀ ਪੜ੍ਹਾਈ ਲਿਖਾਈ ਦਾ। ਉਹ ਸਾਡਾ ਮੂੰਹ ਮਹੰਤਰਾ ਵੱਖਰਾ ਏ, ਸਾਡਾ ਰੂਪ ਵੱਖਰਾ, ਸਾਡਾ ਰੰਗ ਵੱਖਰਾ, ਕਿਸੇ ਕੌਮ ਦੇ ਨਾਲ ਨਹੀਂ ਉਹ ਮੇਲ ਖਾਂਦਾ, ਤੁਰਿਆ ਆਉਂਦਾ ਏ, ਸਾਡਾ ਪ੍ਰਸੰਗ ਵੱਖਰਾ। ਜਦੋਂ ਦੋਵੇਂ ਪੰਜਾਬ ਇੱਕ ਹੁੰਦੇ ਸੀ ਤੇ ਪੰਜਾਬ 'ਚ ਕਿੰਨੇ ਦਰਿਆ ਸੀ? ਸਤਲੁਜ, ਰਾਵੀ, ਬਿਆਸ, ਜੇਹਲਮ ਤੇ ਚਨਾਬ। ਉੱਠਦਾ ਕਿ ਲਾਵਾਂ ਜੁੱਤੀ? ਨਹੀਂ ਬੇਬੇ, ਕੰਬਲ ਦੇ ਠੰਡ ਲੱਗ ਗਈ ਬੇਬੇ ਮੈਨੂੰ। ਤੂੰ ਉੱਠਦਾ ਕਿ ਨਹੀਂ ਬੇਬੇ? ਉੱਠਦਾ ਬੇਬੇ, ਅੱਧਾ ਘੰਟਾ ਦੇ ਮੈਨੂੰ ਕੰਬਲ ਦੇ ਦੇ ਬੇਬੇ, ਠੰਡ ਲੱਗ ਗਈ ਆ ਬਾਪੂ। ਉੱਠਿਆ ਨਹੀਂ ਮਾਂ ਦਾ ਪੁੱਤ। ਇਹੋ ਜਿਹੇ ਬਣੋ ਕਿ ਤੁਹਾਨੂੰ ਲੋਕ ਫੋਲੋ ਕਰਨ।